ਲੈ ਭੈਣੇ ਤੂੰ ਨੀਵੇਂ ਮੰਜੇ ਤੇ ਕਿਉਂ ਪੈ ਗਈ ਮੈਂ ਪੈ ਜਾਨੀ ਇੱਧਰ ਨਾ ਭੈਣੇ ਮੈਨੂੰ ਉੱਚੇ ਮੰਜੇ ਤੇ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਨਾ ਨੀਵੇਂ ਜੇ ਤੇ ਸੌਣ ਦਾ ਸੁਭਾਅ ਚਲ ਮੈਂ ਪੈ ਜਾਨੀ ਆ ਫਿਰ ਇੱਧਰ ਹਾਂ ਤੂੰ ਪੈ ਜਾ ਨਾਲੇ ਜੇ ਤੈਨੂੰ ਰਾਤ ਨੂੰ ਮੱਛਰ ਮੁੱਛਰ ਲੜਨ ਨਾ ਆ ਪੱਖਾ ਦੇਖ ਲੈ ਕਿਵੇਂ ਲਲਕਰਾ ਮਾਰੀ ਜਾਂਦਾ ਨੀਂਦਾ ਤਾਂ ਆਹੀ ਕੰਮ ਆ ਤੂੰ ਲਾਈਟ ਬੰਦ ਕਰ ਮੈਂ ਲਾਈਟ ਬੰਦ ਕਰ ਕੀ ਲੈਣਾ ਦੇਖ ਲੈ ਚੌਰਾ ਹੈ ਜਮੀ ਸ਼ਰਮ ਨਹੀਂ ਹੈਗੀ ਮਰਨੇ ਨੂੰ ਜਮੀ ਨਹੀਂ ਹੈਗੀ ਭੈਣ ਇਹਨੂੰ ਤਾਂ ਆ ਸੁਣ ਲੈ ਨਾ ਸ਼ਰਾਬ ਤਾਂ ਦੂਜਿਆਂ ਨੇ ਵੀ ਪੀਤੀ ਹੈ ਆਉਂਦੀ ਹੈ ਕਿਸੇ ਦੀ ਆਵਾਜ਼ ਨਹੀਂ ਭੈਣ ਤੈਨੂੰ ਕੀ ਦੱਸਾਂ ਇਹਨੇ ਤਾਂ ਜੀਣਾ ਹਰਾਮ ਕਰਤਾ ਲੈ ਦੇਖ ਲੈ ਨਹੀਂ ਮਰਨਾ ਨਹੀਂ ਚੌਰਾ ਬੁਰਾ ਹਾਲ ਹੈ ਇਹਦਾ ਤਾਂ ਬਸ ਪੁੱਛੀ ਨਾ ਨਹੀਂ ਤੈਨੂੰ ਕੀ ਦੱਸਾਂ ਚਰਨੂੰ ਇੱਕ ਤਾਂ ਇਹੋ ਜਿਹਾ ਹੀ ਚੌਰਾ ਨਾਲ ਉਹ ਵੀਰਾ ਵੀ ਰਲ ਜਾਂਦਾ ਦੋਨੋਂ ਬੈਠ ਕੇ ਪੈਗ ਲਾਈ ਜਾਂਦੀਆਂ ਨਾ ਭੈਣੇ ਵੀਰੇ ਨੂੰ ਨਾ ਕਹਿ ਵੀਰੇ ਦੀ ਤਾਂ ਦਾਰੂ ਬੱਤ ਸਿਰਦੀ ਹੈ ਉਹ ਨਹੀਂ ਆਏ ਪੀਂਦਾ ਹੈਗਾ ਇਹਦੇ ਨੂੰ ਗੁਲਾ ਕਰੇ ਸੁਣਦਾ ਤੈਨੂੰ ਆਵਾਜ਼ ਆਉਂਦੀ ਸੁਣਦੀ ਆ ਉਹਦੀ ਕਿਤੇ ਉਹ ਤਾਂ ਚੁੱਪ ਕਰਕੇ ਪੈ ਜਾਂਦਾ ਦੋ ਪੈਗ ਲਾ ਕੇ ਹੋਰ ਉਹ ਤਾਂ ਚੁੱਪ ਕਰਕੇ ਪਿਆ ਇਹਨੂੰ ਹੀ ਬਸ ਜ਼ਿਆਦਾ ਇਸੇ ਦੀ ਆਵਾਜ਼ ਸੁਣਦੀ ਹੈ ਚੌਰਾ ਕਿਸੇ ਤਾਂ ਦਾ ਇਹਨੇ ਤਾਂ ਸਾਡਾ ਜੀਣਾ ਹਰਾਮ ਕਰਤਾ ਨਹੀਂ ਇਹਨੂੰ ਮਾੜੇ ਮਿੱਟੀ ਤੁਸੀਂ ਸਮਝਾਇਆ ਕਰੋ ਨਾ ਪਰ ਸੋਡੀ ਕਿੱਥੇ ਸੁਣਦਾ ਇਹ ਸਾਡੀ ਛਟਿਆ ਹੋਇਆ ਬੰਦਾ ਕਿਸੇ ਨੂੰ ਸੁਣਦਾ ਹੁੰਦਾ ਜਿੱਦਣ ਦਾ ਜੱਸਾ ਗਿਆ ਮੈਨੂੰ ਤਾਂ ਬਾਹਲਾ ਡਰ ਲੱਗਦਾ ਤੂੰ ਨਾ ਆਪ ਦੇ ਇੱਜ਼ਤ ਸੰਭਾਲ ਕੇ ਰੱਖਿਆ ਕਰ ਇਹਦਾ ਕੀ ਪਤਾ ਕਦੋਂ ਹੱਥ ਪਾ ਲੇ ਮਰਨਾ ਹੈ ਤੈਨੂੰ ਰੱਖਿਆ ਮੈਂ ਉਰੇ ਤਾਂ ਹੀ ਤਾਂ ਤੈਨੂੰ ਕਿਹਾ ਵੀ ਅੱਜ ਦੀ ਰਾਤ ਕਟਾ ਦਾ ਚੱਲ ਸੌਂ ਜਾ ਹੁਣ ਤੂੰ ਸੌਂ ਜਾ ਇਹਦਾ ਕੀ ਪਤਾ ਹੈ ਚੁੱਪ ਕਰਕੇ ਸੌਂ ਜਾ ਹੋਰ ਪੈ ਜਾ अपने ओपिनियंस दे के लाखों प्राइजेस भी जीतो वो भी लोटस 365.in पे। यहाँ बहुत सारे क्वेश्चन रहेंगे जैसे कि हु विल विन दी मैच और हु विल विन दी टॉस जैसे 50+ क्वेश्चन का जवाब दे के आप यहाँ पर लाखों प्राइजेस जीत सकते हैं। लोटस 365 पर जाके रजिस्टर कीजिए और पाइए 365 रुपए का बोनस। यहाँ आपको मिलता है 1-to-1 24-hour कस्टमर सपोर्ट। यहाँ खेलते हैं 10 मिलियन से भी ज्यादा यूजर्स। यहाँ है क्रिकेट से अलावा 200+ क्वेश्चन जहाँ पर आप अपना ओपिनियन देकर लाखों प्राइजेस जीत सकते हैं। नवाबुद्दीन सिद्दीकी, उर्वशी रोटेला, काजल अग्रवाल, नेहा शर्मा एंड सुनील शेट्टी ऐसे बड़े बड़े सेलिब्रिटी इनके ब्रांड एम्बेसडर हैं। तो देर किस बात की, अभी जाइए और रजिस्टर कीजिए lottery365.in पे। लिंक नीचे कमेंट पिन में है। गल पक्के तू तेरी आ करीज जो सुक गई आपा पाथियां च पाया करांगे। ਆਪਾਂ ਉਰੇ ਨੀ ਪਾਉਂਦੇ ਭਾਵੇਂ ਪਾਥੀਆਂ ਚ, ਆਪਾਂ ਨੂੰ ਬੋਰੀ ਚ ਪਾ ਕੇ ਬੀਬੀ ਨੂੰ ਪਿੰਡ ਦੇ ਆਵਾਂਗੇ ਉਹ ਪਾਲਿਆ ਕਰੂਗੀ ਵਿਚਾਰੀ। ਹੋਰ ਆਪਾਂ ਇਹਨਾਂ ਨੂੰ ਕਾਹਨੂੰ ਕੀ ਜੋ ਕਰੀਏ, ਇਹਨਾਂ ਨੂੰ ਤਾਂ ਦੱਸਿਆ ਨਾ ਫਿਰ ਬਾਪੇ ਕੋ ਸਭ। ਤੂੰ ਤੇ ਬਈ ਮੈਂ ਤਾਂ ਕਹਿੰਦੀ ਜੇ ਤਾਂ ਨਸਕਾ ਮੇਥੋਂ ਬਣਾਇਆ ਹੁੰਦਾ ਨਾ ਫੇਰ ਨੀ ਆਏ ਚਾਹੁੰਦਾ ਸੀ ਇਹ। ਅੱਛਾ ਬਾਪੇ, ਹਾਂ ਹਾਂ ਉਹ ਬਾਪੇ ਤਾਂ ਉਰੋਂ ਜੀ ਚਾਹੁੰਦਾ ਯਾਰ, ਇੱਥੋਂ ਜੀ ਚਾਹੁੰਦਾ। ਚਾਚੇ ਇਹਦੀ ਨਿਉਂ ਚ ਚੰਗੀ ਤਰ੍ਹਾਂ ਮਿੱਟੀ ਪਾ ਦਿਓ। ਠੀਕ ਆ ਠੀਕ ਆ ਭਾਈ ਪਾ, ਕਿਤੇ ਨਿਉਂ ਚ ਪਾਣੀ ਪੈ ਜਾਏ। ਬੇਬੀਰ ਬਣ ਕੇ ਵਗ ਜਾਏ ਉਠਾ ਦੇਗਾ ਕੀ ਕਰਦਾ ਗਾ ਚਾਚਾ ਜੀ। ਜੇ ਉਹ ਕੰਮ ਕਰਨ ਵਾਲਾ ਹੋਵੇ ਤੁਹਾਨੂੰ ਕਾਹਤੋਂ ਕਹਾਂ ਮੈਂ, ਤੁਹਾਨੂੰ ਕਾਹਤੋਂ ਬੁਲਾਇਆ ਇੱਥੇ। ਤੂੰ ਤੇ ਬਈ ਦੇਖੀ ਤੂੰ ਤੇ ਮੀਂਹ ਜਿਹਾ ਪਿਆ ਹੋਇਆ ਗਾ, ਕਬੂਤਰਾਂ ਦੇ ਨਾ ਖੰਭ ਗਿੱਲੇ ਹੋ ਗਏ ਹੋਣੇ, 20-25 ਕਬੂਤਰ ਡਿੱਗੇ ਪਏ ਹੋਣੇ, ਲਈਏ ਫੜ ਕੇ ਆਪਾਂ ਜਾ। ਉਹ ਬਾਬੇ ਹੋ ਜੇ ਨਹੀਂ ਚਾਹ ਤਾਂ ਪੀ ਲਈਏ ਯਾਰ, ਤੂੰ ਤਾਂ ਤੜਕ ਹੀ ਲੱਗ ਜਾਣਾ ਕਬੂਤਰ ਕਬੂਤਰ ਕਰਨਾ। ਚਾਚੇ ਮੈਨੂੰ ਇੱਕ ਗੱਲ ਦੱਸ, ਇੱਥੇ ਤੁਹਾਨੂੰ ਕਾਹਦੇ ਵਾਸਤੇ ਬੁਲਾਇਆ, ਮੇਰੀ ਰਾਖੀ ਕਰਨ ਵਾਸਤੇ ਬੁਲਾਇਆ ਕਿ ਕਬੂਤਰ ਫੜਨ ਵਾਸਤੇ ਬੁਲਾਇਆ ਹੋਇਆ? ਰਾਖੀ ਕਰੀ ਤਾਂ ਜਾਂਦੇ ਆ, ਹੋਰ ਕੀ ਕਰੀਏ ਹੁਣ ਅਸੀਂ? ਕੀ ਸਵਾਹ ਰਾਖੀ ਕਰੀ ਜਾਂਦੇ ਆ ਰਾਤ, ਤੁਹਾਨੂੰ ਪਤਾ ਕੀ ਹੋਇਆ? ਕੀ ਹੋ ਗਿਆ ਭੈਣੇ? ਕੀ ਹੋਇਆ ਸੀਗਾ? ਰਾਤੋਂ ਚੌਰਾ ਭਾਗੂ ਮੇਰੇ ਕਮਰੇ 'ਚ ਵੜ ਗਿਆ।
ਫਿਰ ਕੀ ਕਹਿੰਦਾ ਹਾ ਕਦੋਂ ਕਦੋਂ ਸੀ ਨਾ ਇਹ ਰਾਤ ਦਾ ਇਹਦਾ ਭਾਪੇ ਜੱਗੋ ਤੇਰਵੀਂ ਹੋ ਗਈ ਉਹ ਤੈਨੂੰ ਕਹਿੰਦਾ ਕੀ ਦੀ ਭਾਈ ਉਹ ਪ੍ਰਾਹੁਣਾ ਹੁਣ ਮੈਂ ਕੀ ਦੱਸਾਂ ਚਾਚੇ ਮੈਨੂੰ ਤਾਂ ਸੰਗ ਆਉਂਦੀ ਆ ਦੱਸ ਦੇ ਸੰਗ ਨੂੰ ਪਰਾ ਕਰਦੇ ਪਏ ਦੱਸ ਉਹਨੇ ਤਾਂ ਰਾਤ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਧੜੰਮ ਦੇ ਕੇ ਆ ਕੇ ਮੇਰੇ ਮੰਜੇ ਤੇ ਵੱਜਿਆ ਪ੍ਰਾਹੁਣਿਆ ਤੇਰੀ ਭਣ ਦਾ ਖਰਬੂਜਾ ਤੇਰੀ ਦਾ ਪਾਪੇ ਮੇਰੀ ਅੱਖਾਂ ਚ ਖਾਪਾ ਪਹਿਲਾਂ ਆਪਾਂ ਬੈਰੀ ਨੂੰ ਐ ਨੀ ਮਾਰਨਾ ਪਾਪੇ ਆਪਾਂ ਕਲਮ ਨਾਲ ਮਾਰਾਂਗੇ ਆਪਾਂ ਕਲਾਕਾਰ ਹੁੰਦੇ ਆ ਚਲ ਠੀਕ ਹੈ ਹਾਂ ਬਦਮਾਸ਼ੀ ਨਹੀਂ ਕਰਨੀ ਆਪਾਂ ਤੂੰ ਅੰਦਰ ਚੱਲ ਕੁੜੀਏ ਪਹਿਲਾਂ ਮੈਨੂੰ ਐ ਦੱਸ ਵੱਡਿਆ ਕਲਾਕਾਰਾ ਜਿੱਦਣ ਦਾ ਇੱਥੇ ਆਏ ਰਿਆਜ਼ ਕੀਤਾ ਕਿਤੇ ਹੈ 6000 ਰੁਪਿਆ ਮੇਰਾ ਬਾਜੇ ਤੇ ਲਵਾਤਾ ਚੱਕਿਆ ਕਦੇ ਬਾਜਾ ਅੱਜ ਕਰ ਲਾਂਗੇ ਫਿਰ ਤੁਸੀਂ ਕਹੋ ਕਰਦੇ ਹੋਗੇ ਕਿਤੇ ਕੀ ਕੰਮ ਕਰਨ ਲਾ ਦਿੰਦੇ ਹੋ ਕਿਤੇ ਕੀ ਕੰਮ ਕਰਨ ਲਾ ਦਿੰਦੇ ਹੋ ਕਿੱਥੇ ਹੋਣਗੇ ਰਿਆਜ਼ ਪਾਪੇ ਵਿਹਲਾ ਤਾਂ ਰਹਿੰਦਾ ਨਹੀਂ ਤੂੰ ਉੱਤਾ ਵਿਹਲਾ ਕੀ ਨਾਲੇ ਚਾਚੇ ਤੂੰ ਵੀ ਇਸ ਵਰਗਾ ਹੀ ਹੋ ਗਿਆ ਇੱਥੇ ਆ ਕੇ ਹੈ ਬੰਨ ਕੇ ਸਵੇਰੀ ਸਵੇਰੀ ਲਾਲ ਪੱਗਾਂ ਤੁਸੀਂ ਕਬੂਤਰ ਫੜਨ ਚਲੇ ਜਾਂਦੇ ਆ ਇਹ ਤਾਂ ਜਿਹਾ ਜਿਹਾ ਹੈਗਾ ਸੀ ਤੂੰ ਵੀ ਇਸ ਵਰਗਾ ਹੋ ਗਿਆ ਮੇਰਾ ਕਬੂਤਰਾਂ ਬਿਨਾਂ ਜੀ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜਿਹੋ ਜਿਹੇ ਕੰਮ ਕਰਨੇ ਨੇ ਨਾ ਤਾਂ ਆਪਣਾ ਸਨੋਰ ਚਲੇ ਜਾਓ ਦੋਨੋਂ ਜਣੇ ਹਾਂ ਕਿਵੇਂ ਆਏ ਨਹੀਂ ਜਾਂਦੇ ਕੁੜੀਏ ਜਿੰਨੇ ਚਿਰ ਜੱਸਾ ਨਹੀਂ ਆਉਂਦਾ ਉਹਨਾਂ ਚਿਰ ਨਹੀਂ ਅਸੀਂ ਜਾਂਦੇ ਉਹਨਾਂ ਚਿਰ ਨਹੀਂ ਜਾਂਦੇ ਅੱਜ ਕਰ ਲਾਂਗੇ ਭੈਣੇ ਅੱਜ ਕਰ ਲਾਂਗੇ ਕੋਈ ਨਾ ਚਾਹ ਪੀ ਲੈ ਹੁਣ ਠੰਡੀ ਹੋ ਗਈ ਪੀ ਲੈਣੇ ਆ ਤੂੰ ਭਾਗ ਜਾ ਭਣੇ ਇੱਕ ਤਾਂ ਸਾਰੀ ਰਾਤ ਰੱਬ ਨੇ ਨਹੀਂ ਸੌਣ ਦਿੱਤਾ ਲਿਆਵਾਂ ਤੂੰ ਤੇ ਚਾਹ ਓਏ ਕੱਢੀ ਜਾਂਦੇ ਆ ਪਾਪਾ ਗੋਲੀ ਮਾਰੂ ਓ ਚਾਹ ਨੂੰ ਆਪਾਂ ਕੋਈ ਚੱਕ ਮਜ਼ਾ ਗਾਣਾ ਲਿਖ ਦਾਂਗੇ ਪ੍ਰਾਉਣੇ ਦਾ ਤਾਂ ਠਾਰਨੇ ਸੀ ਨਾ ਚੱਲ ਫਿਰ ਹੈ ਚੱਲ ਚੱਲ ਇਹ ਤਾਂ ਲਾਉਣਿਆ ਇੱਕ ਤੇ ਬਰੋਟਾ ਚੱਲ ਚੱਲ ਫਿਰ ਆ ਜਾ ਪਾਪੀ ਆ ਦੱਸ ਦੇ ਕਿੰਨਾ ਗੁੰਮੀਆਂ ਜੀ ਮੀਂਹ ਤਾਂ ਮੈਨੂੰ ਫਾੜਦਾ ਲੱਗਿਆ ਹੋਇਆ ਹੱਡ ਹੁੱਡ ਤੇ ਬੜੀ ਦੁਖੀ ਜਾਂਦੇ ਨੇ ਚਾਹ ਚੂਹ ਨੀ ਬਣਾਈ ਭਾਈ ਕਿਹੜੀ ਚਾਹ ਕਿਹੜੀ ਹੁੰਦੀ ਹੈ ਚਾਹ ਇੱਕ ਤਰ੍ਹਾਂ ਦੀ ਚਾਹ ਹੁੰਦੀ ਹੈ ਔਰ ਦੋ ਤਰ੍ਹਾਂ ਦੀ ਹੁੰਦੀ ਹੈ ਚਾਹ ਨਾ ਕਿਤੇ ਮੈਂ ਤੈਨੂੰ ਕਾਫੀ ਪਿਆ ਦਾਂ ਇੰਨੀ ਚਾਹ ਪੀਣ ਦਾ ਸ਼ੌਕੀਨ ਆਪਦੀ ਰਨ ਨੂੰ ਬੁਲਾ ਲਾ ਉਹਨੂੰ ਕਾਹ ਤੋਂ ਭੇਜਿਆ ਮੈਂ ਤੈਨੂੰ ਕਿਉਂ ਕਿਹਾ ਕੀ ਕਿਹਾ ਭਾਈ ਕੁਝ ਕਿਹਾ ਤੈਨੂੰ ਮੈਂ ਖਬਰਦਾਰ ਜੇ ਮੈਨੂੰ ਅੱਜ ਤੋਂ ਬਾਅਦ ਬੁਲਾਇਆ ਵਾਰ ਮਾਰ ਰਹਾ ਹੈ ਮੈਨੂੰ ਨਾ ਬੁਲਾਈ ਨਾ ਮੇਰੇ ਭਾਈ ਨੂੰ ਬੁਲਾਈ ਆਪਦੀ ਚਾਹ ਮੈਂ ਤੈਨੂੰ ਕੁਝ ਕਿਹਾ ਹੀ ਨਹੀਂ ਆਪਦੀ ਚਾਹ ਪੀਣੀ ਹੈ ਨਾ ਆਪ ਜਾ ਕੇ ਬਣਾ ਕੇ ਪੀ ਲੈ ਮੇਰੇ ਤੋਂ ਨਹੀਂ ਬਣਦੀ ਹੱਦ ਹੋ ਗਈ ਓਏ ਹੱਦ ਨਹੀਂ ਹੋ ਗਈ ਜੰਮੀ ਹੈ ਜਦੋਂ ਤੂੰ ਪੇ ਕੇ ਉੱਜੜਦੀ ਸੀ ਮਹੀਨਾ ਮਹੀਨਾ ਆ ਤੇਰੇ ਖਸਮ ਨੂੰ ਮਹੀਂ ਚਾਹ ਬਣਾ ਬਣਾ ਪਿਉਂਦਾ ਸੀ ਸਿਆਣੇ ਬੰਦੇ ਨਾਲ ਕਿੱਡੀ ਬੇਸ਼ਕੀ ਕਰਦੀ ਆ ਵਾ ਇਹ ਕਿੱਡੀ ਬੈਤਲ ਜਨਾਨੀ ਆ ਇਹ ਆ ਹੈਰਾਨ ਆ ਵੀ ਦੱਸੇ ਦੇ ਹਿਸਾਬ 'ਚ ਕਿਵੇਂ ਆਉਂਦੀ ਹੈ ਕਹਾਣੀ ਹੱਦੇ ਹੋ ਗਈ ਜਮੀ ਹੱਦ ਲੈ ਚਾਹ ਮੰਗੀ ਆ ਹੋਰ ਤੋਂ ਕੀ ਮੰਗ ਲਿਆ ਮੈਂ ਚੁੱਕ ਚੱਕ ਪੈ ਜੰਗਲ ਪਾਣੀ ਜਾ ਕੇ ਆਵਾਂ ਪਹਿਲਾਂ ਫਿਰ ਕਿਤੇ ਮੂੰਹ ਤੋਂ ਮਾਤਾ ਨਹੀਂ ਲਿਆ ਬੱਚੀ ਮੈਨੂੰ ਜ਼ਿਆਦਾ ਗਿੱਲਾ ਪਿਆ ਮੈਨੂੰ ਲੱਗਦਾ ਫਾੜਦਾ ਨਹੀਂ ਸੀ ਬਾਛੜ ਬੁੱਛੜ ਨੇ ਸਾਰਾ ਮੰਜਾ ਭਿਉਂਦਾ ਸਹੀ ਗੱਲ ਆ ਭਾਈ ਤੀਵੀਂ ਬਿਨਾਂ ਇਹ ਬਾਹਲਾ ਔਖਾ ਹੈ ਦੇਖ ਲੈ ਜਦੋਂ ਮੇਰੇ ਲਈ ਹੁੰਦੀ ਹੈ ਭੈਣ ਬੈੱਡ 'ਤੇ ਨਾਲ ਪਾਉਂਦੀ ਹੈ ਜੱਫੀ ਪਾ ਕੇ ਆਪਾਂ ਤਾਂ ਮੀਂਹ 'ਚ ਦੇਖ ਲੈ ਕਿੱਥੇ ਭਲਾ ਹੂ ਤੇਰਾ ਕਿੱਥੇ ਭਲਾ ਹੂ ਤੇਰਾ ਮੁਰਦੇ ਖਾਣੀ ਏ ਤੀਵੀਂ ਬਿਨਾਂ ਕੋਈ ਫਾਇਦਾ ਨਹੀਂ ਭਾਈ ਜੱਗ 'ਤੇ ਆਹ ਆਹ
ਸਤਿ ਸ੍ਰੀ ਅਕਾਲ ਜੀਜਾ ਜੀ। ਆਹੋ ਆਹੋ ਆਹੀ ਕਸਰ ਰਹਿ ਗਈ ਸੀ ਮਸਾ ਟੇਕਿਆ ਜੀ ਮੇਰਾ ਸਾਰਾ ਫੇਰ ਪਾ ਲਿਆ ਕੁਛ ਅੱਜ ਉਹਦਾ ਪ੍ਰੂਫ ਪਿਆ ਕਿਸੇ ਥਾਂ ਦਾ ਛਡਾ ਦੀਏ ਕੁਛ ਓਏ ਟਿਕ ਜਾ ਮੇਰੇ ਸਲ ਦਾ ਮੈਂ ਹੁਣ ਖੁੰਡਾ ਫੇਰ ਦੂੰ ਮੈਂ ਉਹਦਾ ਬਣਿਆ ਜਸਵੰਤ ਸੰਧੀਲੇ ਦਾ ਸੁਣਾ ਸੁਣਾ ਪਰੌਣੇ ਨੂੰ ਸੁਣਾ गल सुनदा पागू चौरिया तेरे काला जड़ के आया हो दारू पी के हाय वो चौरिया तू भण मेरे नु हाथ पाया ਮਾੜੀ ਮੋਟੀ ਸ਼ਰਮ ਕਰ ਲੈ ਸਿਆਣਾ ਬੈਣਾ ਪੈਂਦਾ ਸਾਨੂੰ ਸ਼ਰਮ ਨਹੀਂ ਹੈ ਆਉਂਦੀ ਅਸੀਂ ਕਲਾਕਾਰ ਸਾਡੇ ਨਾਮ ਤੇ ਬਜਣ ਲਲਕਾਰ ਤੈਨੂੰ ਚੰਨੂ ਨੇ ਵੀ ਬਖਸ਼ਣਾ ਤੈਨੂੰ ਚੰਨੂ ਨੇ ਵੀ ਬਖਸ਼ਣਾ ਉਹਦੇ ਘਰ ਵਾਲਾ ਪੀਤਾ ਦਾਰੂ ਤੇਰਾ ਥਾਣੇ ਦੇ ਵਿੱਚ ਨਾ ਉਤਰੂਗਾ ਹਾਏ ਉਹ ਬਾਪਿਆ ਉਹ ਭੱਗ ਜਾ ਉਹ ਭੱਗ ਜਾ ਭੱਗ ਜਾ ਕਾਜਾ ਮੇਰਾ ਸਾਰਾ ਡਰ ਜਾ ਹੋ ਕਦੇ ਕਲਾਕਾਰ ਨਹੀਂ ਡਰਦੇ ਹਾਈ ਨੇ ਬੋਲਦੇ ਆਨੇ ਕਲਮਾ ਇਹਨੂੰ ਲੈ ਬੋਲਦੇ ਆੜੇ ਕਲਮਾ ਇਹ ਕਲਮਾ ਨਾਲ ਦਿੱਤੇ ਜਵਾਬ ਨਾ ਇਹਰੀ ਮੈਂ ਪੱਚੀ ਦੇ ਡਾਕ ਤੇ ਦੇ ਮੈਂ ਹੈ ਮੇਰੇ ਸਰ ਇਹ ਇਹ ਖਸਮਾ ਹੈ ਤਪਾਰੇ ਭੈਣ ਯਾਰ ਨੇ ਇਹ ਸਾਰੇ ਰਕਣੇ ਨੇ ਤੜਕੇ ਦਾ ਟਿਕ ਬੜੀ ਘਰੇ ਤੂੰ ਹੁਣ ਬੜੀ ਘਰੇ ਬੜੀ ਕੋਈ ਨਾ ਮੇਰੇ ਸਾਲੇ ਦਿਆ ਹਾਈ ਪਾਪੇ ਓ ਖੜ ਜਾ ਤੂੰ ਤਿਆ ਓ ਤੂੰ ਤਿਆ ਓ ਤੇਰੇ ਗੀਤਾਂ ਗੁੱਤਾਂ ਨਾਲ ਨਹੀਂ ਲੋਟਦਾ ਇਹ ਤਾਂ ਜੁੱਤੀਆਂ ਨਾਲ ਲੋਟ ਹੋ ਗਿਆ ਜੁੱਤੀਆਂ ਨਾਲ ਓ ਪਾਪੇ ਜੁੱਤੀਆਂ ਨਾਲ ਨਹੀਂ ਇਹਦੇ ਗੱਲ ਹੁਣ ਹੱਟ ਤੇ ਲੱਗੀ ਮੇਰਾ ਇੱਕ ਰਸ ਮੈਂ ਕਰ ਦੇਣੀ ਪ੍ਰੈਸ ਮੇਰਾ ਭਾਗੂ ਚੁੱਪ ਕਰ ਜਾ ਆਪੇ ਹੁਣ ਨਾ ਬੋਲੀ ਮੱਚਿਆ ਪਿਆ ਹੋ ਮੱਚਿਆ ਪਿਆ ਸਬਜੀ ਭਾਜੀ ਦਾ ਜਵਾਕਾਂ ਦਾ ਢਿੱਡ ਤਾਂ ਭਰਨਾ ਹੀ ਹੈ ਫੇਰ ਕੀ ਤੇਰੀ ਜਾਨ ਨਿਕਲ ਗਈ ਜੇ ਤੂੰ ਹੱਲ ਕਰ ਲਿਆ ਕੋਈ ਹੈ ਤੂੰ ਤਾਂ ਫਿਰ ਡੱਕਾ ਨੀ ਤੋੜਨਾ ਕੰਮ ਦਾ ਡੱਕਾ ਇਕੱਠਾ ਬੈਠਾ ਰਹਿਣਾ ਇੱਥੇ ਫੇਰ ਵੀ ਦੇ ਕੇ ਕੌਣ ਗਿਆ ਤੈਨੂੰ ਬੀਰਾ ਸਿੱਟ ਕੇ ਗਿਆ ਪੀਰਾ ਤੈਨੂੰ ਬੜੇ ਦੇ ਕੇ ਜਾਂਦਾ ਕੀ ਗੱਲ ਅਗਲੇ ਨੇ ਆਲੂ ਬੀਜੇ ਸੀ ਮੈਂ ਦਿਹਾੜੀ ਲਈ ਨਹੀਂ ਆਲੂ ਪਟਵਾਏ ਨੇ ਫਿਰ ਮੈਂ ਬੋਰੀ ਲੈ ਲਈ ਆਲੂਆਂ ਦੀ ਦੇਉਂ ਤੇ ਉਹਨੂੰ ਵੀ ਸਾਲੇ ਨੂੰ ਦੇਵੇਂਗਾ ਤੇਲ ਮੈਂ ਤਾਂ ਹੁਣ ਹੱਲ ਕਰਨੀ ਹੈ ਕਿਸੇ ਪਾਸਿਓ ਕਰਨਾ ਕਿਸੇ ਪਾਸਿਓ ਨਾ ਨਹੀਂ ਵਿਹਲਾ ਇੱਥੇ ਕੰਮ ਦਾ ਨਾ ਕਰਦਾ ਸਾਰਾ ਦਿਨ ਬੋਲਣ ਜੋਗਾ ਹੀ ਆ ਬਸ ਜ਼ਿਆਦੇ ਬੁੜਬੁੜ ਜੀ ਨਾ ਕਰ ਕਿਤੇ ਲੈ ਲੈ ਦੱਖੂ ਦਾ ਨਾ ਮੇਰੇ ਤੋਂ ਜ਼ਿਆਦੇ ਜ਼ਬਾਨ ਖੋਲਦੀ ਹੈ ਨਾ ਤੂੰ ਮੇਰੇ ਲਈ ਅੱਜ ਤੱਕ ਕੀਤੇ ਕੀ ਹੈ ਵੇ ਕਿੱਦੇ ਤੂੰ ਮੇਰੀ ਤਲੀ ਤੇ ਲਿਆ ਕੇ ਪੈਸੇ ਰੱਖਤੇ ਤੈਨੂੰ ਕਾਹਨੂੰ ਕੁਛ ਮਿਲਿਆ ਕਦੇ ਬੋਲਣ ਜੋਗਾ ਹੀ ਆ ਤੂੰ ਆਹੋ ਬੋਲਣ ਜੋਗਾ ਚੰਗਾ ਭਲਾ ਕੰਮ ਕਰਦਾ ਜੀ ਮੈਂ ਚੰਗਾ ਭਲਾ ਪਾਈਆ ਭੁੱਕੀ ਖਾਂਦਾ ਜੀ ਕਿਲੋ ਦੇ ਲਿਆਤਾ ਰੋਗੀ ਬਣਾਦਾ ਤਾਂ ਮੈਨੂੰ ਰੋਗੀ ਹੋਰ ਕੀ ਆ ਬਸ ਹਰਕਤਾਂ ਕਰਨ ਲਾਇਆ ਲੱਗਿਆਗਾ ਮੈਂ ਨਹੀਂ ਲਾਇਆ ਬੋਲਣ ਜਾਣਦਾ ਕੰਮ ਦਾ ਤਾਂ ਤੂੰ ਡੱਕਾ ਨਹੀਂ ਤੋੜਨਾ ਡੱਕਾ ਨਹੀਂ ਤੋੜ ਮੈਨੂੰ ਪਤਾ ਹੁਣ ਵੀਰਾ ਬੋਲਦਾ ਤੇਰੇ ਚ ਦੇਉਂ ਉਹਨੂੰ ਤੇਲ ਮੈਂ
ਦਿਉ ਮੈਨੂੰ ਮਿਲ ਜਾਂਦੇ ਵੇ ਮੈਂ ਤੂੰ ਜਾਣਦੀ ਆ ਤੈਨੂੰ ਤੂੰ ਕਿੰਨੇ ਕ ਪਾਣੀ ਚ ਹੈ ਘਰੇ ਤਾਂ ਤੈਨੂੰ ਚੂਹੀ ਨਹੀਂ ਮਰਦੀ ਆ ਮਰਦੀ ਨਹੀਂ ਚੂਹੀ ਤੂੰ ਵੀਰਾ ਦੇਖੀ ਲੈਂਦਾ ਗੋਡਿਆਂ ਥੱਲੇ ਤੂੰ ਚੂਹੀ ਦੀ ਗੱਲ ਕਰਦੀ ਆ ਜਾਣਦੀ ਆ ਮੈਂ ਤੈਨੂੰ ਵੱਡੇ ਬੈਲੀ ਨੂੰ ਵੱਡਾ ਨਾਲੇ ਹੋ ਬੋਲਣ ਵਾਲੀ ਆ ਘਰੇ ਫੜਫੜਾ ਮਾਰ ਰਹੀ ਆ ਕਰ ਜਾ ਗੁੜ ਗੁੜ ਕਰੀ ਰਿਆ ਗਿੱਟੇ ਕੁੱਟ ਦੂੰ ਤੂੰ ਚੁੱਪ ਕਰਕੇ ਬਹਿ ਜਾ ਮੈਂ ਤੂੰ ਹੋਰ ਨਾ ਤੂੰ ਲੈ ਲਈ ਤੇਲ 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 ਤੂੰ ਐ ਦੱਸ ਪਹਿਲਾਂ ਮੈਨੂੰ ਕੰਮ ਤੇ ਕਿਉਂ ਨਹੀਂ ਗਈ ਅੱਜ ਨਹੀਂ ਜਾਂਦੀ ਮੈਂ ਉਹਨਾਂ ਦੇ ਕੰਮ ਤੇ ਨਾ ਕਿਉਂ ਨਹੀਂ ਜਾਂਦੀ ਪੂਰੀ ਨਾ ਬਈ ਤੂੰ ਕਿਸੇ ਕੰਮ 'ਚ ਕਦੇ ਵੇ ਤੈਨੂੰ ਪਤਾ ਉਹਨਾਂ ਦੇ ਕੀ ਹੋਇਆ ਰਾਤ ਕੀ ਹੋਇਆ ਸਾਲਾ ਮੀਂਹ ਪਿਆ ਤਾਂ ਸਾਰੇ ਪਿੰਡ 'ਚ ਹੀ ਪਿਆ ਇੱਜੀ ਦੱਸ ਕਿੱਡੀ ਕੀ ਗੱਲ ਹੋਊਗੀ ਮੇਰਾ ਘਰੇ ਤਾਂ ਹੋਰ ਹੀ ਬੱਦਲ ਵਰਸ ਗਿਆ ਕੀ ਇਹੋ ਜੀ ਕੀ ਗੱਲ ਹੋਊਗੀ ਉਹ ਭਾਗੂ ਨਹੀਂ ਹੈਗਾ ਚੌਰਾ ਹੈ ਮਰਨਾ ਆਪਦੀ ਭਰਜਾਈ ਦੇ ਮੰਜੇ ਤੇ ਜਾ ਚੜਿਆ ਲੈ ਜੁੱਫਾ ਪਾਲਿਆ ਨੂੰ ਸੁੱਤੀ ਪਈ ਨੂੰ ਉਹ ਫਿਰ ਤੈਨੂੰ ਤਾਂ ਨਹੀਂ ਪਾਇਆ ਜੀ ਅਗਲਾ ਵੀ ਘਰੇ ਕੁਛ ਮਰਜ਼ੀ ਕਰੇ ਵੀ ਕਰਦਾ ਉਹੀ ਗੱਲਾਂ ਤੂੰ ਤਾਂ ਕਰਤੂਤ ਵਾਲੀਆਂ ਕਰਤੂਤ ਵਾਲੀਆਂ ਜਾ ਦੇ ਨਾ ਬੋਲ ਕਰਤੂਤ ਕਰਤੂਤ ਕਰੀ ਜਾਂਦੀ ਲੈ ਸੁਣ ਲੈ ਦੇਉਂ ਦੇਖੀ ਤੂੰ ਤੇਲ ਮੈਂ ਦੇਉਂ ਦੇਖੀ ਜਾ ਤੂੰ ਤਾਂ ਕਿਤੇ ਹੋਰ ਨਾ ਤਾਹਾਂ ਚੱਕਦੇ ਕੁਛ ਕਿਉਂ ਨਹੀਂ ਤੂੰ ਚੱਕੂ ਮੈਂ ਦੇਖੀ ਕੇਸ ਕਰੂੰ ਸਾਰਾ ਤੇ ਕੇਸ ਤੂੰ ਜਾਦੇ ਭੌਂਕਣਾ ਮੈਨੂੰ ਬੱਠਲ ਧਰਾ ਮੇਰੇ ਨੰਦ ਰਾਲੂਆਂ ਆ ਬੱਠਲ ਧਰਾ ਬੋਲਣ ਜੋਗਾ ਹੀ ਹੈ ਕੰਮ ਤਾਂ ਇੱਥੇ ਡੱਕਾ ਨਹੀਂ ਟੁੱਟਦਾ ਹੈਗਾ ਜਾਦੇ ਨਾ ਬੋਲ ਮੈਂ ਜਾਣਾ ਸਾਰਿਆਂ ਦੇ ਨਾਲੇ ਉਹਨਾਂ ਦੇ ਕੇਸ ਕਰੂੰ ਦੇਖੀ ਜਾਈ ਬੋਲਣ ਵਾਲੀ ਚੁਕਾ ਤੂੰ ਆਹੋ ਚੱਕ ਕੇ ਚੱਜਣਾ ਚੱਕ ਨਾਲੇ ਚੱਕ ਲੈ ਹੁਣ ਬੇ ਆਈ ਹੱਥ ਲਵਾ ਦੇ ਮਰਨੇ ਆ ਚੱਲ ਲੈ ਚੱਲ ਫਿਰ ਚੱਲ ਉਧਰ ਰਸੋਈ ਚ ਲੈ ਕੇ ਜਾ ਚੱਲ ਡੱਕ ਲੈਂਦਾ ਤੜਕੀ ਤੈਹੀ ਕਰਿਆ ਰੋਗੀ ਡੱਕ ਲੈਂਦਾ ਯਾਦੇ ਬੋਲਦੀ ਐ ਤੂੰ ਖੇਤੇ ਫਿਰਦਾ ਓਏ ਹਾਂ ਉਹ ਮਾਇਦਾ ਪਾਇਦਾ ਰਾਤ ਆ ਗਿਆ ਸੀ ਪਤੀ ਨਹੀਂ ਲੱਗਿਆ ਰਾਤ ਕਿਹੜੇ ਵਕਤ ਉੱਠ ਕੇ ਆ ਗਿਆ ਹੈ ਜਦੋਂ ਪਾਇਦਾ ਕੜੀਆਂ ਜਾਂਦੇ ਲੱਗਿਆ ਨੇ ਬਾਜਾ ਲੱਕਾ ਰੁੱਕਾ ਮੋੜ ਤੂੰ ਬਈ ਹੋਰੇ ਕਰੀ ਆ ਉਹ ਦੇਖੀ ਗੋਡਾ ਲਾ ਕੜਾ ਲਈ ਤੂੰ ਓ ਭਾਗੂਆ ਪਾਇਦਾ ਮਾਲ ਇੱਕ ਨੰਬਰ ਤੀ ਓਏ ਨਜ਼ਾਰਾ ਆ ਗਿਆ ਧਰਮ ਨਾਲ ਭਾਗੂਆ ਮਾਲ ਇੱਕ ਨੰਬਰ ਹੈਗਾ ਦੀ ਵਧੀਆ ਦੀ ਮਾਲ ਤਾਂ ਖਰਾ ਦੇਖ ਲੈ ਰੱਬ ਦਾ ਪਾਇਦਾ ਕੋਈ ਭੇਤ ਨਹੀਂ ਪਾਇਆ ਗਣਤੀ ਭੈਣ ਸਾਰੀ ਗਣਕ ਦੀ ਆਹ ਪਾਤੀ ਮੋਤੀ ਓ ਭੈਣ ਤਾਂ ਨਹੀਂ ਪਤਾ ਮੈਨੂੰ ਲੱਗਦਾ ਆਪਣੀ ਵੀ ਗਿੜੀ ਜਾਵੇ ਕੀ ਹੋ ਗਿਆ ਦੇਖ ਗੁੱਸਾ ਤਾਂ ਕਰੀ ਨਾ ਗੱਲ ਮੈਂ ਤੇਰੇ ਨਾਲ ਪਤਾ ਤਾਂ ਮੈਨੂੰ ਵੀ ਲੱਗਿਆ ਚਾਹੇ ਮੈਂ ਤਾਂ ਨੇਮ ਦਵਾਲਾ ਕੀ ਹੋ ਗਿਆ ਮੈਨੂੰ ਲੱਗਦਾ ਮੈਂ ਤੋਂ ਰਾਤ ਹਾਂ ਚਰਨ ਹੋਰਾਂ ਨੂੰ ਕੁਛ ਕਿਹਾ ਕੁ ਹੈਗਾ ਭਾਈ ਭੈਣ ਨੂੰ ਤੈਨੂੰ ਭਾਗੋ ਪਹਿਲਾਂ ਆਖਿਆ ਦੀ ਓਏ ਮੈਨੂੰ ਪਤਾ ਸੀ ਤੇਰੇ ਲੱਸਣਾਂ ਦਾ ਮੈਨੂੰ ਪਤਾ ਸੀ ਤੇਰੇ ਲੁੱਚਪਣੇ ਦਾ ਤਾਂ ਹੀ ਮੈਂ ਉੱਥੇ ਪਿਆ ਮੈਂ ਕੁਛ ਕਰੂੰ ਦਾਰੂ ਪੀਤੀ ਹੋਈ ਆ ਜਿਹੜਾ ਭੈਣਾ ਕਣੀ ਆ ਗਿਆ ਮੈਂ ਹੋਰਾਂ ਆ ਗਿਆ ਤਾਂ ਬਈ ਕਰਤਾ ਕੰਮ ਯਾ ਓਏ ਕਾਣੂ ਕਰਦਾ ਮੈਂ ਅਣ ਅਣਕ ਤੋਲੀ ਧਰਤੀ ਦੇਖ ਰਿਹਾ ਓਏ ਮੈਨੂੰ ਇਹਦੀ ਸਹੁੰ ਲੱਗੇ ਓਏ ਮੈਂ ਕੁਛ ਨਹੀਂ ਕਰਿਆ ਮੈਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੋਇਆ ਕੀ ਆ ਮੈਂ ਤੈਨੂੰ ਤਾਂ ਪਤਾ ਲੱਗਿਆ ਕਹਿੰਦੇ ਰਾਤ ਨੂੰ ਸਾਡੇ ਕੋਲ ਤੜਾ ਕੇ ਪੈ ਗਿਆ ਫਟਫਟ ਝੂਠ ਬੋਲਦੇ ਨੇ ਕਿਹਨੇ ਕਿਹਾ ਤੁਹਾਨੂੰ ਚਰਨੂ ਨੇ ਕਿਹਾ ਚਰਨੂ ਤਾਂ ਭੱਜ ਗਈ ਇਹੀ ਤਾਂ ਫੇਰ ਤਾਂ ਭੈਣਾ ਪੱਕਾ ਕਰਿਆ ਦਾ ਆਏ ਦਾ ਉਹ ਜਾਂਦੀ ਨੀ ਹੋ ਮਤਾ ਭੈਣਾ ਮਸਾ ਹਾੜੇ ਕੱਢ ਕੱਢ ਕੇ ਹੱਥ ਜੋੜ ਕੇ ਉਹਨੂੰ ਤਰਲੇ ਕਰਕੇ ਤੇਰੇ ਕੋਲ ਲੈ ਕੇ ਆਇਆ ਭਾਗੂ ਆਪਦੀ ਜ਼ਬਾਨ ਦਿੱਤੀ ਮੈਂ ਚੂਲੀ ਭਰ ਦਨਾ ਪਾਣੀ ਦੀ ਵੀਰੇ ਓਏ ਮੈਂ ਕੁਛ ਨਹੀਂ ਕਰਿਆ ਓਏ ਤੂੰ ਕਰਿਆ ਨਹੀਂ ਤੂੰ ਕੋਈ ਚੂਲੀਆ ਭਰਦਾ ਡਾਕਟਰੀ ਚਾ ਜਾਂਦਾ ਸਾਰਾ ਕੁਛ ਹੋ ਆ ਹੈਗਾ ਦੀ ਭੈਣ ਦਾ ਇੱਕ ਤੇਰੇ ਵਰਗਾ ਬਾਲਾ ਸਿਆਣਾ ਘੋਲਾ ਦੀ ਆਪਣੇ ਨੇੜੇ ਪਿੰਡ ਦਾ ਹੈ ਜਨਾਨੀ ਦੇ ਐਂ ਕਰਿਆ ਸੀ ਮੋਢੇ ਦੇ ਹੱਥ ਲਾਇਆ ਸੀ ਆ ਗਿਆ ਡਾਕਟਰੀ ਚ ਸਾਢੇ 3 ਲੱਖ ਲੈ ਗਏ ਨਵੇੜਿਆ ਕਹਿੰਦੀ ਮੈਂ ਨਹੀਂ ਨਿਬੜਦੀ ਸਾਢੇ 3 ਲੱਖ ਲਊ ਕਹਿੰਦੀ ਹੋ ਸਾਰਾ ਕੁਛ ਆ ਜਾਂਦਾ ਭਾਗੂਆ ਹੈ ਦੇਖ ਮੇਰੀ ਗੱਲ ਸੁਣ ਠੀਕ ਹੈ ਤੇਰੇ ਕਹਾਂ ਕੰਟਰੋਲ ਚ ਆਹੋ ਬਾਈ ਬਣ ਕੇ ਜਿਵੇਂ ਮਰਜ਼ੀ ਕਰ ਜਿਵੇਂ ਨਾ ਕਰ ਕਦੇ ਕੰਜਦੀ ਪੁਲਿਸ ਪਲਸ ਜਾ ਖੜੀ ਮੇਰੀ ਬਦਨਾਮੀ ਹੋ ਜੂ ਜੇ ਤੇਰੀ ਭਰਜਾਈ ਨੂੰ ਪਤਾ ਲੱਗ ਗਿਆ ਵੀ ਰਿਹਾ ਜਮੀ ਜੱਖਣਾ ਪੱਟੀ ਜਾਊਗੀ ਉਹ ਮੇਰੀ ਤਾਂ ਪਹਿਲਾਂ ਤੂੰ ਮੈਨੂੰ ਆਇਆ ਦੱਸ ਭਾਗੂਆ ਮੈਂ ਤੈਨੂੰ ਪਹਿਲਾਂ ਕੀ ਆਖਿਆ ਸੀ ਵੀ ਚਰਨੂ ਤੋਂ ਰਹੀ ਭਾਈ ਦੂਰ ਮੈਂ ਲਵਾ ਦੂੰਗਾ ਲੈ ਆਊਂਗਾ ਮੈਂ ਤਾਂ ਸੌ ਲੱਗੇ ਮੈਨੂੰ ਐ ਦੱਸ ਇੰਨੀ ਸੋਹਣੀ ਜਨਾਨੀ ਮਾਨੀ ਹੈ ਤੇਰੀ ਹੈ ਤੂੰ ਫੇਰ ਹੋਰ ਪਾਸੇ ਖੇ ਖਾਂਦਾ ਫਿਰਦਾ ਸਾਲਾ ਉਈ ਨਹੀਂ ਬੰਦੇ ਦਾ ਚਿੱਤ ਕਰਦਾ ਹੋਰ ਪਾਸੇ ਜਾਣ ਨੂੰ ਜਦੋਂ ਘਰੇ ਐਡੀ ਸੋਹਣੀ ਰਨ ਹੋਵੇ ਬਈ ਹੋ ਵੀਰੇ ਮੈਂ ਤਾਂ ਸੌ ਲੱਗੇ ਕੁਛ ਨਹੀਂ ਕਿਹਾ ਇੱਕ ਤੈਨੂੰ ਯਕੀਨ ਹੈਗਾ ਮੇਰੇ ਤੇ ਜੇ ਕਿਤੇ ਮੈਂ ਚਾਚਕੋ ਲਾਇਆ ਹੁੰਦਾ ਯਾਰ ਤੁਰ ਕੇ ਲੰਘ ਜਾਂਦਾ ਬੰਦਾ ਇਹਦਾ ਗੱਲ ਮੰਨਣ ਜੋ ਭਾਗੂਆ ਫਿਰ ਚਰਨੋਂ ਕਿਉਂ ਭੱਜ ਗਈ ਬਈ ਆਈ ਕਿਉਂ ਨਹੀਂ ਚਰਨੋਂ ਪਹਿਲਾਂ ਤੂੰ ਮੈਨੂੰ ਆਇਆ ਦੱਸ ਹੋ ਕੁਛ ਤਾਂ ਕਿਹਾ ਹੋਣਾ ਮੈਂ ਕੁਛ ਨਹੀਂ ਕਿਹਾ ਯਾਰ ਮੈਂ ਤੈਨੂੰ ਐਂ ਕਹਿਣਾ ਬਾਈ ਬਣ ਕੇ ਜਿਵੇਂ ਮਰਜ਼ੀ ਕਰ ਚਰਨੋਂ ਦੇ ਘਰੇ ਜਾ ਕੇ ਆ ਦੇਖ ਮੈਂ ਹੁਣ ਜਾਂਦਾ ਸੋਹਣਾ ਹੀ ਲੱਗਦਾ ਕਿਤੇ ਮੈਂ ਵਗ ਗਿਆ ਭੜਕ ਗਈ ਵਿਹੜੇ 'ਚ ਰੌਲਾ ਰੂਲਾ ਪਈ ਜੂ
है तेनू पता है बई मैं ब्याह भरिया यार हूं जे कि तेरी भरजाई में पता लग गया छड़ के पहली तपी पी है कलेस करके तू भी नहीं मरा साला निकलना कानून बहु सुनता तीवी दी हो तीवी का कोई ऐ कर दे मोडे वाली गल ऐ चो लैने देने पे ने तीवी का बहु सुनता कानून मेरी गल सुन जिम्मे पांच सत्त हजार दस भी हजार दे मर्जी दे के बेड़ते है ये निबड़ा अगे खाण पीण नू बादरी डंडे खाण नू रस्सा है आप खंडिया दे कर आखे फिर बीरे मतो आ हो गया कट्ठा कर दे पाएगा तू कांड कर दे कर पिछो बीरा सामे है हौली बोल हौली बोल हवा चल दी इधरली मेरे साल दी उदा बीरे नू पुछदा नहीं है कंजला सारे नू पता लग गया कहनी आ तू तेरी पता लग गया मास्टर जी नू पता लग गया लगू पागवा लगू लगू तू 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 भी लो चढ़ा तो थोड़ी टिकैड़िया तेन दसा मैं मेरी यार मेनू तो पता ही लगा मेरी तो ढूह ही मची जाती है पता नहीं की हो गया भांडी चढ़ गई ला चंगी परेड कराई है जुत्ती सपी पी है मेनू लगता भूडी भांडी चढ़ गई कि रात भूडी चढ़ गई बैंगन भैन तो जुत्ती छपी पी है मुला तेरी चंगी परेड हुई है भागुआ चल हम किसी दसी ना कंजे कहते घर की गल घर च रही नहीं होंगे दब ला इन इतनी गल है तू जिमे तिमे कर चरण घरे जाके आ तू मैं जाया तेन नाले पता ओद घर आले का तू तेरे सारी बस च है गल चरण तेरे बस च बस च है चल मेरी गल सुन जे कहूगी मैं नहीं आगू तो तीमी लैन गया हो ठीक है मैं सांभ लू आपे गल तीमी लैन गया चंगा 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 तू जा बेफिक्र होके जा मैं आपे जा नाले भाया दा ना करया कर ए जा कुछ तू ओए दसा मैं करदा मैं ता भेड़ दी डंडा डंड लवे मैं ता टीका टूका लवा लूं कोई आ साला खंडियाई जाऊगा मैं कदों तक सांभी जाऊं जो मैं ता आप हराना पैंदा होया की थी कहंदा भगवा गलत नहीं हो सकदा तू मन लिया चल दारू बद घट पी ली पिया मैं आपके कमरे च जाके है भरांडे च किवें आ गया मैं शुकर कर दे तक दे के ना मारता रात तेन तीमी लेके आवा आपकी मैं भाई मरा गया करके की रेट ला रखे मिर्चा 15 दी पाई टमाटर भी पा दे दो किन्ने पैसे हो गए भाई 35 रुपये लियानी है मैं अंदरों ਸਬਜ਼ੀ ਲੈਣੀ ਆ ਚਰਨੋ ਹੈ ਹਾਂ ਸਭ ਸਬਜ਼ੀ ਲਈ ਸੀ ਅੱਛਾ ਲਿਆਉਣੀ ਆ ਬਈ ਮੈਂ ਪੈਸੇ ਕੋਈ ਨਾ ਓ ਬਾਹਰ ਦੇ ਦੂ ਆਪੇ ਮੇਰੇ ਘੜੀ ਲਿਖ ਲਈ ਜਾ ਹਾਂ ਕੋਈ ਨਾ ਬੰਦਰ ਕਰੀਆਂ ਹਾਂ ਭਰੀ ਅੰਦਰ ਹੀ ਹੈ ਅੱਛਾ ਆ ਜਾ ਮੈਂ ਦੇ ਦੂੰਗਾ ਕੋਈ ਨਾ ਉਹ ਬੋਰੀ ਜੀ ਡੇਗ ਗਿਆ ਸੀ ਟੈਂਪੂ ਵਾਲਾ ਹਾਂ ਡੇਗ ਗਿਆ ਸੀ ਉਹ ਤਾਂ ਅੱਛਾ ਹਾਂ ਬੰਦਰ ਸਾਲੂ ਆ ਵੀ ਕਹਦੇ ਮੱਕ ਗਠਿਆਈ ਵੀ ਗੇਰ ਜੀ ਕੋਈ ਨਾ ਪਹਿਲੀ ਹੱਖਿਆ ਪਏ ਤਾਂ ਹਾਂ ਯੋ ਮੈਂ ਕੀ ਆਦਾ ਇਹ ਜੀ ਹੈ ਤਾਂ ਤੈਨੂੰ ਪਤਾ ਹੀ ਹੈ ਬਹਿ ਜਾ ਇੱਥੇ ਮੈਂ ਪਾਣੀ ਲਿਆਉਣੀ ਹੈ ਕਿ ਚਾਹ ਬਣਾਵਾਂ ਨਾ ਪਾਣੀ ਲੈ ਮੈਂ ਪਾਣੀ ਲਿਆਉਣੀ ਮਾਰ ਜਾ ਲਾਇਆ ਤੂੰ ਵੀ ਪੰਦਾ ਜ ਮਗਵਾਉਣਾ ਤੂੰ ਵੀ ਲਿਆ ਹੋਰ ਠੀਕ ਹੈ ਤੂੰ ਕਿਵੇਂ ਹੋਏ ਹੋਏ ਤਵੇਂ ਆਦਾ ਚਰਨੋ ਕੋਲ ਆਇਆ ਸੀ ਨਾਲੇ ਬਈ ਵੀ ਦੇ ਗੱਲ ਸੁਣ ਲੈ ਬਾਲਾ ਤੂੰ ਸਾਡੇ ਘਰੇ ਨਾ ਆਇਆ ਕਰ ਮੈਂ ਤਾਂ ਬਈ ਮੰਦਰਾ ਕੰਮ ਆਇਆ ਤੀ ਕੀ ਕੰਮ ਆਇਆ ਭਾਗੂ ਕੇ ਚਰਨ ਨੂੰ ਲਾਈਆ ਹੈ ਅੱਜ ਕੰਮ ਤੇਰੀ ਗਈ ਮਦਾ ਲੈਣ ਆਇਆ ਇਹ ਤਾਂ ਬਈ ਜਾਂਦੀ ਨਹੀਂ ਕਿਉਂ ਮੈਂ ਤਾਂ ਪਹਿਲਾਂ ਡੱਕਰੇ ਗਾ ਲੈ ਵੀ ਨਾ ਪਾਣੀ ਨਾ ਮੈਨੂੰ ਵੀ ਕਦੇ ਪੁੱਛ ਲਿਆ ਕਰ ਪਾਣੀ ਤੈਨੂੰ ਕਾਹਨੂੰ ਕੁਛ ਪੁੱਛਦੀ ਹੈ ਬੇਲਾ ਟੱਠਾ ਪਲੀ ਜਾਂਦਾ ਕਰੇ ਮੈਨੂੰ ਟੱਠਾ ਟੱਠਾ ਲਈਏ ਜੀ ਨੂੰ ਸਭ ਪਤਾ ਮੈਨੂੰ ਦੇਖ ਲੈ ਵੀਰੇ ਕਰਤੂਤਾਂ ਇਹਦੀਆਂ ਦੇਖੀ ਜਾ ਹੁਣ ਗੱਲ ਸੁਣ ਲਾ ਬਈ ਵੀਰੇ ਇਹਦਾ ਕੰਮ ਤੇ ਜਾਂਦੀ ਨਹੀਂ ਕਿਉਂ ਇਹ ਕੀ ਕਰਤੂਤ ਕਰੀ ਆ ਉਹਨੇ ਇਹਨੇ ਭਾਗੂ ਨੇ ਕੀ ਕਰਤਾ ਮੇਰੀ ਜਨਾਨੀ ਨੂੰ ਉੱਥੇ ਪਾਲਿਆ ਯਾਰ ਕੌਣ ਕਹਿੰਦਾ ਮੈਂ ਕਿਹਾ ਕਰਾ ਸਾਹਮਣੇ ਕਰਾ ਚੱਲ ਸਾਹਮਣੇ ਕਰਾ ਚੱਲ ਨੂੰ
मेरे करके लगी आ मेनू कली कली गल दस दी चरनू ने मारा रेल मारा रेल बनाऊ बी मेरे ते यकीन हो तबारी मेरे लगी काम मैं कह रहा तेनू तेरे करके मैं कह रहा तेनू तू जा चंगी गल नहीं दस दे अपा कर लांगे कोई ना तू समझा दी पर भागू समझा दूंगा गल जिथे गल है ओथी दब दे मिट्टी पा दे चल बागी जी है चल मैं तेरे कहते एक बारी भाग जूंगी ठीक बागी जी पर मैंने तो लक्षण ना चंगे नहीं लगते तू मेनू दसी इदे हुन भाई आ चुप कर जा बिंदरा तू मैं कर रहा गल हां चल वीर मैं भाग जूंगी एक बारी हां मैं हुन जांदा फिर ठीक है फिर चाह बनदी सी हां जी टाइम ले लो तू चाह तक पी जा चाह पी जा बिंदर बैठा चंगा जानो चंगा आ जी टाइम ना है कोई ना ठीक है चंगा एदा मैं तेरे करके है गल सारी नहीं मैं तां करीसू चंगा हैं हां ओ पत्ते ना एक पिड़गी ओए एक सौन दा महीना रुत प्यार दी जाद मल्लो मल्ली आ गई है भाभी दी वे क्यों चावला मारदा ना क्यों चावला मारदा हुंदा जीजा लाता बाणा हैं बाणा लाता ओदा बर्दी आ मेरी हुण आई पाई फिरूंगा ओदा मैं तह मार के धरती च दे कोई प्रोग्राम जा कुछ भी कीता उदे पाऊंगा तबारे ओदा बणया प्रोग्राम दा नाले होर पापा किटा किदू करदा असमान का ओए चमका जी जा चाह पी ला तू चलो भैन की भैन नमेट जीजा मेरी गल सुना पंजा रुपये दे देंगे मैनू मैनू पहले ही पता थी मेरा साला जी चाह जी ले फिर मेरे मगर मगर भी कोई गाँव हो इन पंजा रुपये का की करेगा तू
ਕੁਲਚੇ ਲਿਆਉਣੇ ਨੇ ਸੀ ਕਿਹਨੇ ਮੈਂ ਤੇ ਮੇਰੇ ਬਾਪੇ ਨੇ ਠੰਡ ਜੀ ਅੱਜ ਕੁਲਚੇ ਖਾਣੇ ਨੇ ਕੁਲਚੇ ਖਾਣ ਦੀ ਉਮਰ ਆ ਕੋਈ ਤੇਰੇ ਬਾਪ ਦੀ ਨਾਲ ਤੇਰੀ ਫਿਰ ਕੀ ਹੋਗਾ ਜੀਜਾ ਹਾਂ ਜੀਜਾ ਦੇ ਦੇਗਾ 50 ਰੁਪਏ ਐਣੀ ਓਏ ਮੇਰੇ ਕੋਲੇ ਦੇ ਦੇ ਟਿੱਕੀ ਵਾਲਾ ਕੁਲਚਾ ਆਉਂਦਾ 15 ਰੁਪਈਆਂ ਦਾ 10 ਦਾ ਖਾਲੀ ਹੁੰਦਾ 20 ਰੁਪਏ ਲੈ ਜੀ ਤੈਨੂੰ ਗੱਲ ਪੁੱਛਾਂ ਇੱਕ ਮੈਨੂੰ ਰਾਤ ਦੀ ਭਾਬੀ ਦੀ ਯਾਦ ਆਈ ਨਾਲੇ ਹੁਣ ਵੀ ਮੈਨੂੰ ਯਾਦ ਆਈ ਜਦੋਂ ਮੈਂ ਆਹਦੇ ਹਿੱਤਾਂ 3 ਕੱਪ ਲਿਆ ਸੀਗਾ ਇੱਕ ਗਲਾਸ ਭਾਬੀ ਦਾ ਇੱਕ ਮੇਰਾ ਬਾਟੀ ਤੇਰੀ ਦੀ ਕਿਹੜੀ ਭਾਬੀ ਤੇਰੀ ਓਏ ਉਹੀ ਤੇਰੀ ਬਹੂ ਹੋਰ ਦੱਸ ਕਿੰਨੀਆਂ ਕਨੇ ਮੇਰਾ ਤਾਂ ਦੇਖੀ ਭੈਣ ਲੱਗਦੀ ਆ ਉਹ ਭਾਬੀ ਲੱਗਦੀ ਆ ਮੇਰੀ ਭੈਣ ਭੂਣੀ ਮੇਰੇ ਤਾਂ ਅੱਖਾਂ ਭਰੇ ਆਉਂਦੀਆਂ ਨੇ ਜਦੋਂ ਮੈਂ ਯਾਦ ਕਰਦਾ ਜੇ ਲਿਆਉਣੇ ਆਪਾਂ ਨੂੰ ਲਿਆਉਂਗਾ ਮੈਂ ਹੋਰ ਘਰ ਸੁਣਨਾ ਹੋ ਰਿਹਾ ਦੇਖੀ ਕੰਦਾਂ ਵੜ ਵੜ ਖਾਂਦੀਆਂ ਨੇ ਹੈ ਕੋਈ ਨਾ ਮੈਂ ਤੜਕੇ ਆਪ ਹੀ ਲਿਆਉਂਗਾ ਮੇਰੇ ਦੇਖੀ ਰਾਤ ਮੈਨੂੰ ਦਬਾ ਆ ਗਿਆ ਜਿਵੇਂ ਭਾਬੀ ਹੈ ਨਾ ਮੇਰੀ ਹਿੱਕ ਤੇ ਗੋਡਣੀਆਂ ਲਾ ਕੇ ਬਹਿ ਗਈ ਮੈਂ ਤਾਂ ਉੱਠਿਆ ਨਾ ਗਾ ਬਥੇਰਾ ਜ਼ੋਰ ਮਾਰਿਆ ਭਾਬੀ 'ਚ ਤਾਂ ਜੋਰੀ ਵਾਲਾ ਦੀ ਨਿੱਗਰ ਵਾਲੀ ਸੀਗੀ ਓਏ ਭਾਬੀ ਭੂਬੀ ਕਹਿਣੂਗਾ ਟੋਬੇ ਵਾਲੀ ਮਾਤਾ ਹੋਣੀ ਟੋਬੇ ਵਾਲੀ ਮਾਤਾ ਕੋਈ ਨਹੀਂ ਤੇ ਤਾਂ ਭਾਬੀ ਦੀਗੀਆਂ ਏ ਮੈਨੂੰ ਆ ਗੁਲੂ ਗੁਲੂ ਕਰ ਦਿੱਤੀ ਕਹਿੰਦੀ ਉੱਠਾ ਟੋਦਾ ਆਪਣੇ ਗੁਲੂ ਗੁਲੂ ਨਾਲ ਹੋਰ ਆ ਮੇਰਾ ਜੀ ਨਹੀਂ ਲੱਗਦਾ ਸੋਹਣ ਕਹਿੰਦੇ ਆ ਭਾਬੀ ਨੂੰ ਚੀਜ਼ਾਂ ਬਣ ਕੇ ਮਾਪੀ ਲਿਆਉਂਗਾ ਕੋਈ ਨਾ ਮੈਂ ਵੀ ਜਾਊਂਗਾ ਤੇਰੇ ਨਾਲ ਬਾਗ ਜੀ ਕੋਲ ਮੈਂ ਨੰਬਰ ਲਾਇਆ ਦੀ ਭਾਬੀ ਨੇ ਚੱਕਿਆ ਨਹੀਂ ਹੈਗਾ ਦੁਬਾਰੇ ਲਾ ਕੇ ਦੇਖਾਂ ਤੈਂ ਕਿੱਥੋਂ ਲੈਤਾ ਦਾ ਟੈਲੀਫੋਨ ਨੰਬਰ ਕਿੱਥੋਂ ਲੈ ਲੈਦਾ ਬਈ ਆਹਦੇ ਭੈਣ ਲਵੇ ਤੀਗਾ ਭੈਣ ਦਾ ਤਾਂ ਫੋਨ ਆ ਇਹ ਆਹਦੇ ਪਰ ਰੱਖਿਆ ਉਹਨੇ ਵੱਡੀ ਦੀਦੀ ਲਾਮਾ ਓਏ ਬੈਠੀ ਹੂ ਘਰੇ ਹੋ ਮੰਮੀ ਜੀ ਕੋਲੇ ਕੁਛ ਨਹੀਂ ਹੁੰਦਾ ਇੱਕ ਮਿੰਟ ਖੜ ਜਾ ਪਹਿਲਾਂ ਰੇਂਜ ਚੋਂ ਬਾਹਰੇ ਆਈ ਗਿਆਗਾ ਲੱਗਾ ਮੇਰੀ ਕਰਾਈ ਗੱਲ ਮੈਂ ਕਹੂੰ ਤੜਕੇ ਤਿਆਰ ਹੋ ਕੇ ਪਹਿਲਾਂ ਮੈਂ ਕਰੂੰਗਾ ਚੱਕ ਲੈ ਸਤਿ ਸ਼੍ਰੀ ਅਕਾਲ ਭਾਬੀ ਜੀ ਠੀਕ ਹੋ ਤੁਸੀਂ ਹਾਂਜੀ ਮੈਂ ਠੀਕ ਹਾਂ ਸਾਡਾ ਜੀ ਨਹੀਂ ਲੱਗ ਰਿਹਾ ਭਾਬੀ ਜੀ ਤੁਸੀਂ ਆ ਜਾਓ ਉਹਨਾਂ ਖਰਾਬ ਮੇਰੀ ਗੱਲ ਆ ਗੱਲ ਗੱਲ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਹਣੇ ਹੋ ਕਿਵੇਂ ਹੋ ਮੈਂ ਤਾਂ ਠੀਕ ਹਾਂ ਤੁਸੀਂ ਸੁਣਾਓ ਫੋਨ ਹੀ ਨਹੀਂ ਕੀਤਾ ਮੈਨੂੰ ਤਾਂ ਓਏ ਮੈਂ ਤਾਂ ਆਪ ਜੀ ਇਹ ਲੱਗਦਾ ਮੈਂ ਤਾਂ ਖੱਲਾ ਖੁੰਝਾਂ 'ਚ ਭਾਲਦਾ ਫਿਰੀ ਜਾਂਦਾ ਤੈਨੂੰ ਤੂੰ ਐਂ ਕਰੀ ਤੜਕੇ ਤਿਆਰ ਹੋ ਕੇ ਰਹੀ ਮੈਂ ਇੱਥੋਂ ਮਿੰਨੀ ਬੱਸ ਚੜੂੰਗਾ ਮੈਂ ਵੀ ਨਾਲ ਆਓ ਹਾਂਜੀ ਚੰਗਾ ਮੇਰੇ ਲਈ ਭਾਬੀ ਲਈ ਇੱਕ ਚੀਜ਼ ਹੈਗੀ ਕੱਪੜੇ ਪਾ ਕੇ ਆਇਓ ਚੰਗਾ ਭਾਬੀ ਦੀ ਚੀਜ਼ ਆ ਮੇਰੇ ਕੋਲ ਇੱਕ ਮੇਰਾ ਜੀ ਨਹੀਂ ਲੱਗਦਾ ਮੈਂ ਉਹ ਦੇਖੀ ਜਾਂਦਾ ਰਹਿਣਾ ਕੀ ਹੈ ਤੇਰੇ ਕੋਲ ਚੀਜ਼ ਹੈਗਾ ਕੁਛ ਮੈਂ ਕੋਈ ਦੱਸਾਂ ਊਂ ਤਾਂ ਨਹੀਂ ਮੇਰਾ ਸਾਲਾ ਕੋਈ ਗਲਤ ਮਲਤ ਕੱਪੜਾ ਚੱਕੀ ਫਿਰਦਾ ਤੇਰੀ ਭਾਬੀ ਦਾ ਨਾ ਮੈਂ ਕਿੱਥੇ ਉਹ ਵਧੀਆ ਚੀਜ਼ ਆ ਤੂੰ ਕਿਤੇ ਗਲਤ ਮਲਤ ਕੱਪੜਾ ਤੇ ਨਹੀਂ ਤੂੰ ਕੀ ਹੈ ਤੇਰੇ ਕੋਲ ਓਏ ਹੈਗਾ ਕੁਛ ਮੈਂ ਨਹੀਂ ਦੱਸਦਾ ਕੀ ਹੈ ਮੈਂ ਤਾਂ ਕੱਲ ਨੂੰ ਭਾਬੀ ਨੂੰ ਦਿਖਾਉਂ ਜਿੱਦਾਂ ਲੈਣ ਜਾਵਾਂਗੇ ਵੀ ਆਹ ਚੀਜ਼ ਦੀ ਹੈ ਨਹੀਂ ਹਾਂਜੀ ਉਹ ਕੱਪੜੇ ਲੀੜੇ ਜੇ ਤੇਰੇ ਸਾਹਮਣੇ ਕੀ ਸਾਹਮ ਗਈ ਸਾਰੇ ਤੂੰ ਆਪਣੇ ਟਰੰਕ ਟਰੰਕ ਚ ਉਹਦਾ ਬੱਚੀ ਚੋਦ ਕਿਤੇ ਹੋਈ ਨਾ ਗਲਤ ਮਲਤ ਕੋਈ ਚੀਜ਼ ਚੱਕੀ ਫਿਰਦਾ ਵੀ ਤੇਰੀ ਇਹ ਨਾ ਬਈ ਤੜਕੇ ਪਾਈ ਫਿਰਦਾ ਮੇਰੇ ਵਿਹੜੇ ਚ ਇਹਦਾ ਤਾਂ ਦਿਮਾਗ ਖਰਾਬ ਹੈ ਤੁਸੀਂ ਇਹਦੇ ਤੋਂ ਤਾਂ ਦੂਰ ਹੀ ਰਿਹਾ ਕਰੋ ਆਹ ਮੈਂ ਤਾਂ ਹੀ ਪੁੱਛਦਾ ਕੋਈ ਕੱਪੜੇ ਕੁੱਪੜੇ ਜੇ ਬਹੁਤ ਰਾਗੀ ਸਾਮ ਕੇ ਹਾਂਜੀ ਰੱਖ ਗਈ ਕੀ ਗੱਲ ਕਰ ਰੋਟੀ ਖਾ ਲਈ ਹਾਂਜੀ ਖਾ ਲਈ ਸੀ ਤੁਸੀਂ ਠੀਕ ਹੈ ਮੰਮੀ ਜੀ ਦਾ ਕੇਕ ਕੱਟਤਾ ਦੀ ਹਾਂਜੀ ਮੰਮੀ ਦਾ ਕੇਕ ਕੱਟਤਾ ਸੀ ਤੁਸੀਂ ਆਏ ਹੀ ਨਹੀਂ ਕੋਈ ਨਾ ਮੈਂ ਕੱਲ ਨੂੰ ਆਉਂਗਾ ਚੰਗਾ ਭਾਬੀ ਚੰਗਾ ਜੀ ਕੱਪੜੇ ਪਾ ਕੇ ਆਇਓ ਮੈਂ ਵੀ ਆਉਂਗਾ ਭਾਬੀ ਆ ਕੱਟੀ ਫੋਨ ਚੰਗਾ ਵਧੀਆ ਇਧਰੋਂ ਕੱਟ ਦੇ ਮੇਰੀ ਗੱਲ ਤਾਂ ਕਰ ਭਾਬੀ ਕੱਟ ਦੇ ਇਧਰੋਂ ਭਾਬੀ ਐ ਦੱਸ ਓਏ ਗਲਤ ਮਲਤ ਚੀਜ਼ ਤਾਂ ਚੱਕੀ ਫਿਰਦਾ ਓ ਨਾ ਤੂੰ ਤਾਂ ਪਹਿਲੇ ਹੀ ਫੋਨ ਕਟਾ ਦੋ ਯਾਰ ਹਜੇ ਮੈਂ ਤਾਂ ਭਾਬੀ ਨੂੰ ਕਹਿਣਾ ਸੀ ਕੋਈ ਫਿਰਦਾ ਮੈਂ ਕੋਈ ਭਾਬੀ ਨੂੰ ਤਾਂ ਹਜੇ ਮੈਂ ਪੁਰਜਾ ਕਹਿਣਾ ਬਾਕੀ ਦੀ ਕਮਰਾ ਮੈਂ ਦੇ ਮਾਂ ਬੱਚੀ ਦੀ ਤਾਂਗ ਤੇਰੀ ਦੇ ਮੈਂ ਕਿਉਂ ਉਹਦੇ ਨਹੀਂ ਲੈ ਲਿਆ ਓਏ